अज जदों सवेर दी मैं समझदा खबर पढ़ी आ भी साडे होमगार्ड दे जिहड़े शहीद हो गए कपूरथला जिले सुल्तानपुर लोधी थाने अपने पिता की डैथ तो बाद उन्हां दे थों नौकरी मिली सी जॉब मिली सी ते अज उन्हां दा बेटा भी अज शहीद हो गया पंजाब पुलिस च। ये मैं हैरान हाँ 40-50 ये वैपन सी ना कोल की हो की गया पंजाब च। तुसी गुरद्वारे साहब दे कब्जियां पिछे लड़ रहे हो, गुरद्वारा साहब सेवा है, लोकां ने आ पवित्र दिहाड़े ते गुरु नानक देव जी दे पवित्र दिहाड़ियां ते उत्थे जाना सी ते तुसी हर जगह बैठे हो, गोलियां बंदूक परचे चक्की गुरुद्वारियां च, तुसी कर की रहे हो, थोड़ी लोड़ की है गुरुद्वारियां च? गुरुआं दे गुरुद्वारे आ, लोकां ने गुरु ग्रंथ साहब नूं नतमस्तक होण जाना है, तुसी कौन की करन लगे हुए? तुसी थोनू पता भी है बड़े दिन हुंदे आ, बड़े दिनां ते लोकां ने आउणा, बड़ा चढ़ावा चढ़ना, ते तुसी खून दे प्यासे हो जाने। दो धिरां तुसी एक गुरुद्वारे ते कब्जा करन लई, ते जे थोनू रोकणगे ते पुलिस वालियां नूं तुसी सिद्धियां गोलियां मार के मार दिंदे हो, कहने हो आ जाए पुलिस दे बैठे हाँ असीं, होर चूड़ियां थोड़ी पाईआं। अज मैनू यह दसो जे खुदा ना खासा जे अज पुलिस की गोली नाल कोई उत्थे मरिया हुंदा तां तुसी देखो किड्डी बड़ी गल बना लैणी सी भी की साडे पंजाबियां नाल साडे नाल की हो रहा। पर अज जे पुलिस वाला शहीद हो गया वह भी वर्दी च जिहदी ड्यूटी आ, तुसी अज कोई नहीं बोल रहे, अज चुप करे बैठे हो तुसी। मैं सलाम करदा इस पुलिस वाले नूं जिहड़े कि दो दिन दे लगे हुए सी भी इन्हां दा टकराव ना होवे आपस विच, उह टकराव नूं थोनू बचाउंदे हुए भी थोड़े बुढ़े दल ते दूजे दल जिहड़े ने उहनां च ना टकराव हो जाए 96 करोड़ी ते उह अपनी जान दे गया। मैं उहनूं सलूट करदा, उहदे परिवार नूं सलूट करदा ते उहदे परिवार नाल सारी पुलिस नाल खड़े आ। जे पुलिस मजबूत नहीं रहू तो इसे तरीके नाल लुट्टां खूहां नशा जिस तरीके नाल हो रहा पंजाब च, क्योंकि पुलिस डरदी आ, जे पुलिस किसी नूं हथ पाउंदी आ तां तुसीं उहदे मगर पै जांदे हो। इस करके ये रवैया बदलो। अज पुलिस वाला शहीद होया, मैं बहुत अज दुख नाल ये कहना चाहुंदा भी वह अपनी कार्रवाई करदा करदा भगवंत मान साहब थोड़ी सरकार आ, तुसीं लॉ एंड ऑर्डर उरे मजबूती नाल तुसीं लागू करना, ਇਹੋ ਜਿਹੇ ਬੰਦੇ ਇਹਨਾਂ ਨੂੰ ਕੌਣ ਲਾਇਸੈਂਸ ਦਿੰਦਾ ਹੈ? ਕਿਵੇਂ ਇਹਨਾਂ ਕੋਲ ਹਥਿਆਰ ਨੇ ਵੀ ਚੱਕ ਕੇ ਇਹ ਪੁਲਿਸ ਵਾਲਿਆਂ 'ਤੇ ਗੋਲੀਆਂ ਮਾਰ ਜਾਣ? ਫਿਰ ਆਮ ਬੰਦੇ ਦਾ ਉਰੇ ਰਹਿ ਕੀ ਗਿਆ ਪੰਜਾਬ 'ਚ? ਸਖ਼ਤ ਕਾਰਵਾਈ ਕਰੋ ਸੀਐਮ ਸਾਹਿਬ, ਤੁਹਾਡੀ ਸਰਕਾਰ ਦਿਖਣੀ ਚਾਹੀਦੀ ਆ ਵੀ ਇਹ ਤਾਂ ਇਹੋ ਜਿਹਾ ਹਿੰਮਤ ਨਾ ਕਰੇ ਕੋਈ ਪੁਲਿਸ ਦੇ ਉੱਤੇ ਕੋਈ ਗੋਲੀ ਚਲਾਉਣ ਦੀ। ਇਸ ਕਰਕੇ ਇਹਦਾ ਬਹੁਤ ਵੱਡਾ ਇੰਤਜ਼ਾਰ ਕਰਾਂਗੇ ਤੁਹਾਡੇ, ਕਿਸ ਤਰੀਕੇ ਦਾ ਤੁਸੀਂ ਫੈਸਲਾ ਕਰਦੇ ਹੋ। ਆਮ ਲੋਕ ਸ਼ਾਂਤੀ ਚਾਹੁੰਦੇ ਆ, ਗੁਰਦੁਆਰਾ ਸਾਹਿਬ ਮੱਥਾ ਟੇਕਣ ਸ਼ਾਂਤੀ ਚਾਹੁੰਦੇ ਆ। ਤੁਸੀਂ ਉਹ ਗੁਰਦੁਆਰਿਆਂ ਸਾਹਿਬ 'ਚ ਵੀ ਇਹ ਹਥਿਆਰ ਲੈ ਬੈਠੇ ਆ ਲੋਕ, ਸਾਰੇ ਗੁਰਦੁਆਰਿਆਂ 'ਚ ਜਿਹੜੇ ਹਥਿਆਰ ਲੋਕ ਬੈਠੇ ਆ ਲੈ ਕੇ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਵੀ ਲੋਕ ਬੱਚੇ ਨਵੀਂ ਪੀੜ੍ਹੀ ਉੱਥੇ ਹਥਿਆਰਾਂ ਨੂੰ ਦੇਖਦੀ ਆ ਜਾ ਵੀ ਕਿਸ ਲਈ ਚੱਕੇ ਹੋਏ ਆ ਇਹਨਾਂ ਨੇ। ਅਤੇ ਸ਼ਹੀਦ ਹੋਇਆ ਜਸਪਾਲ ਸਿੰਘ, ਦੇਖੋ ਅੱਜ ਜਸਪਾਲ ਸਿੰਘ ਸ਼ਹੀਦ ਕਾਹਦੇ ਲਈ ਹੋਏ? ਅਮਨ ਸ਼ਾਂਤੀ ਲਈ ਵੀ ਆਪਸ ਵਿੱਚ। ਦੇਖੋ ਮੈਨੂੰ ਇਹ ਨਹੀਂ ਆਉਂਦਾ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਨੇ ਇਹਨਾਂ ਨੇ ਕੀ ਗੋਲੀਆਂ ਮਾਰ ਕੇ, ਸਿਰਫ ਕੀ ਵੀ ਉਹ ਗੋਲਕ ਦਾ ਪੈਸਾ ਉੱਥੇ ਜਿਹੜਾ ਚੜਾਵਾ ਚੜਦਾ ਉੱਥੇ ਜੋ ਹੋਰ ਬਹੁਤ ਕੁਛ ਲੋਕ ਆਪਣੇ ਮੰਨਤਾਂ ਪੂਰੀਆਂ ਹੁੰਦੀਆਂ ਗੁਰੂ ਦੇ ਹੋਰ ਬੜੇ ਚੜਾਵੇ ਚੜ੍ਹਦੇ ਆ ਸੋਨਿਆਂ ਤੋਂ ਲੈ ਕੇ ਫਲ ਫਰੂਟ ਤੋਂ ਲੈ ਕੇ ਸਭ ਕੁਛ, ਅਤੇ ਇਹ ਉਸ ਦੀ ਲੜਾਈ ਉਸ ਕਰਕੇ ਗੁਰਦੁਆਰੇ ਕਬਜ਼ੇ ਕਰਦੇ ਆ ਜਿਵੇਂ ਉੱਥੇ ਪੰਨੂ ਵਰਗੇ ਕਬਜ਼ੇ ਕਰੀ ਬੈਠੇ ਆ, ਇੱਥੇ ਇਹ ਲੋਕ ਗੁਰਦੁਆਰੇ ਸਾਹਿਬ ਕਬਜ਼ੇ ਕਰਦੇ ਆ। ਦੂਜੀ ਗੱਲ ਮੈਂ ਇਹ ਕਹਿ ਰਿਹਾ ਸੀ ਵੀ ਤੁਸੀਂ ਅੱਜ ਇੱਕ ਪੁਲਿਸ ਵਾਲਾ ਸ਼ਹੀਦ ਹੋਇਆ ਨਾ, ਅੱਜ ਤੋਂ ਇਹੀ ਜਦੋਂ ਕੇਸ ਚੱਲਦਾ ਰਹੂਗਾ ਇੱਕ ਦਹਾਕੇ ਦੋ ਦਹਾਕੇ 10-15 ਸਾਲ ਬਾਅਦ ਜਿਹਨੇ ਇਹਨਾਂ ਨੂੰ ਮਾਰਿਆ ਉਸ ਵੇਲੇ ਇਹਨੂੰ ਸ਼ਹੀਦ ਬਣਾ ਦੇਣਗੇ। ਜਿਹੜਾ ਵਰਦੀ 'ਚ ਹੋਊਗਾ ਪੁਲਿਸ ਵਾਲਾ ਉਹ ਤਾਂ ਸਰਕਾਰ ਦਾ ਹੋਊਗਾ, ਉਹ ਤਾਂ ਸਰਕਾਰੀ ਬੰਦਾ ਹੋਊਗਾ, ਉਹ ਤਾਂ ਦਿੱਲੀ ਵਾਲਾ ਕਹਿ ਦੇਣਗੇ ਉਹਨੂੰ, ਇਹਨੂੰ ਹੋਰ ਕੁਛ ਕਹਿ ਦੇਣਗੇ। ਅਤੇ ਜਿਹੜਾ ਇਹ ਨਿਹੰਗ ਸਿੰਘ ਜਾਂ ਜੋ ਵੀ ਹੈ ਜਿਹਨੇ ਇੱਕ ਪੁਲਿਸ ਵਾਲੇ ਨੂੰ ਡਿਊਟੀ ਕਰਦੇ ਨੂੰ ਸ਼ਹੀਦ ਕੀਤਾ ਹੈ,
ਇਹਨੂੰ 20 ਸਾਲ ਬਾਅਦ ਕਹਿਣਗੇ ਜੀ ਬੰਦੀ ਸਿੱਖ, ਬੰਦੀ ਸਿੱਖਾਂ ਨੂੰ ਲੈ ਛਡਾਉਣ ਲਈ ਮੋਰਚਾ ਲਾਉਣਾ, ਜਿਵੇਂ ਰਾਜੂਆਂ ਨੇ ਹਵਾਰੇ ਵਰਗਿਆਂ ਨੂੰ। ਅੱਜ ਇਹ ਉਹੀ ਤਰੀਕੇ ਦੇ ਕਾਤਲ ਨੇ। ਅੱਜ ਉਹ ਗਰੀਬ ਪਰਿਵਾਰ ਦੇਖੋ, ਇੱਕ ਐਸੀ ਪਰਿਵਾਰ 'ਚੋਂ, ਗਰੀਬ ਪਰਿਵਾਰ 'ਚੋਂ ਉਹ ਆ ਜਸਪਾਲ ਸਿੰਘ, ਜਿਹਦੇ ਫਾਦਰ ਦੀ ਡੈਥ ਹੋਈ ਅਤੇ ਇਹਦੇ ਉੱਥੇ ਨੌਕਰੀ ਉਹਨੂੰ ਮਿਲੀ, ਉਹਨੂੰ ਤੁਸੀਂ ਅੱਜ ਸ਼ਹੀਦ ਕਰਤਾ। ਪਰ ਇਹੀ ਯਾਦ ਰੱਖਿਓ ਮੇਰੀ ਗੱਲ, ਇਹਨਾਂ ਦੀਆਂ ਫੋਟੋਆਂ ਗੁਰਦੁਆਰਿਆਂ 'ਚ ਲਾਵੋਗੇ ਤੁਸੀਂ ਅਤੇ ਇਹ ਕਹੋਗੇ ਇਹ ਬਹੁਤ ਵੱਡਾ, ਇਹਦੀ ਕੁਰਬਾਨੀ ਸੀ ਜੀ, ਪੁਲਿਸ ਵਾਲੇ ਨੂੰ ਮਾਰਿਆ ਸੀ। ਉਦੋਂ ਭੁੱਲ ਜਾਣਗੇ ਲੋਕ, ਪਤਾ ਨਹੀਂ ਹੋਊਗਾ ਵੀ ਇਹ ਕਹਿਣਗੇ ਵੀ ਗੁਰਦੁਆਰੇ 'ਤੇ ਪੁਲਿਸ ਵਾਲੇ ਕਬਜ਼ਾ ਕਰਨ ਆਏ ਸੀ। ਇਹ ਨਹੀਂ ਦੱਸਣਾ ਵੀ ਇਹ ਆਪਸ ਵਿੱਚ ਲੜਦੇ ਗੁਰਦੁਆਰਿਆਂ 'ਤੇ, ਦੋ ਜਥੇਬੰਦੀਆਂ ਨੂੰ ਉਹਨੂੰ ਪੁਲਿਸ ਵਾਲੇ ਬਚਾਉਣ ਆਏ ਸੀ ਲੋਕਾਂ ਲਈ, ਗੁਰਦੁਆਰੇ ਸੁਰੱਖਿਅਤ ਰੱਖਣ ਲਈ। ਮੈਂ ਦੁਬਾਰਾ ਇੱਕ ਗਰੀਬ ਪਰਿਵਾਰ, ਇੱਕ ਐਸੀ ਪਰਿਵਾਰ 'ਚੋਂ ਸਾਡੇ ਪੁਲਿਸ ਵਾਲਾ ਜਿਹੜਾ ਸ਼ਹੀਦ ਹੋਇਆ ਹੈ, ਉਹਨੂੰ ਫਿਰ ਇੱਕ ਵਾਰੀ ਸਲੂਟ ਕਰਦਾ, ਸਲਾਮ ਕਰਦਾ ਅਤੇ ਸਰਕਾਰ ਸਖਤੀ ਨਾਲ ਇਹ ਫੈਸਲਾ ਕਰੇ। ਠੀਕ ਆ ਉਹ ਪਰਿਵਾਰ ਦਾ, ਬਾਕੀ ਸਭ ਕੁਛ ਹੋ ਜਾਣਾ ਹੈ, ਇਹ ਸਮਝੌਤੇ ਵੀ ਹੋ ਜਾਣਗੇ, ਇਹ ਗੁਰਦੁਆਰਿਆਂ ਦੇ ਕਬਜ਼ੇ ਵੀ ਹੋ ਜਾਣਗੇ, ਪਰ ਜਿਨ੍ਹਾਂ ਦਾ ਗਿਆ ਉਹਨੇ ਘਰੇ ਵਾਪਸ ਨਹੀਂ ਆਉਣਾ। ਤਾਂ ਹੀ ਮੈਂ ਹਮੇਸ਼ਾ, ਮੈਨੂੰ ਤੁਸੀਂ ਕਹਿੰਦੇ ਹੋ, ਮੈਂ ਇਸੇ ਕਰਕੇ ਕਹਿੰਦਾ ਰਹਿੰਦਾ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਆ, ਨੱਥ ਪਾਉਣੀ ਚਾਹੀਦੀ।